ਬੜਾ ਮੇਰੇ ਲਈ ਮੁਸ਼ਕਿਲ ਕੰਮ ਤਾਂ ਜ਼ਰੂਰ ਹੈ, ਕਿਉਂਕਿ ਜਦੋਂ ਅਸੀਂ ਕਦੀ ਗਾਉਂਦੇ ਹਾਂ ਕੁਛ ਵੀ ਤਾਂ ਨਾਲ ਸੰਗਤਕਾਰ ਨਾਲ ਹੁੰਦੇ ਆ ਜਿਹਨਾਂ ਦਾ ਬੜਾ ਪ੍ਰਭਾਵ ਪੈਂਦਾ ਗਾਣੇ ਦੇ ਵਿੱਚ। ਲੇਕਿਨ ਅੱਜ ਇਸ ਤਰ੍ਹਾਂ ਦਾ ਮੌਕਾ ਨਹੀਂ ਹੈ, ਲੋਕਡਾਊਨ ਪੀਰੀਅਡ ਹੈ, ਤੁਸੀਂ ਵੀ ਘਰਾਂ ਵਿੱਚ ਹੋ, ਅਸੀਂ ਵੀ ਘਰਾਂ ਵਿੱਚ ਹਾਂ, ਔਰ ਇਹ ਪਰਮਾਤਮਾ ਅੱਗੇ ਅਰਦਾਸ ਵੀ ਹੈ ਕਿ ਅਸੀਂ ਇਸ ਜਿਹੜੀ ਭਿਆਨਕ ਵਿਪਦਾ ਆਈ ਹੈ, ਬਿਮਾਰੀ ਆਈ ਹੈ ਜਿਹੜੀ, ਇਸ ਤੋਂ ਛੇਤੀ ਛੁਟਕਾਰਾ ਹੋਵੇ ਔਰ ਅਸੀਂ ਸੰਭਲ ਕੇ ਰਹੀਏ ਔਰ ਪਰਮਾਤਮਾ ਸਾਨੂੰ ਸਭ ਨੂੰ ਤੰਦਰੁਸਤ ਰੱਖੇ। ਅਤੇ ਇਸ ਤਰ੍ਹਾਂ ਦਾ ਮੌਕਾ ਮੇਰੇ ਲਈ ਵੀ ਪਹਿਲੀ ਵਾਰ ਹੈ, ਮੈਂ ਇਸ ਤਰ੍ਹਾਂ ਫੇਸਬੁੱਕ 'ਤੇ ਆਮਣੇ ਸਾਹਮਣੇ ਹੋ ਰਿਹਾ ਗਾਣੇ ਦੇ, ਔਰ ਮੇਰੇ ਨਾਲ ਕੋਈ ਸੰਗਤ ਵਾਲੇ ਵੀ ਨਹੀਂ ਨੇ ਕੋਈ, ਅਤੇ ਇਸ ਕਰਕੇ ਇਸ ਗੱਲ ਨੂੰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖੋਗੇ। ਅਤੇ ਹੁਣ ਮੈਂ ਆਪਣਾ ਗਾਣਾ ਸ਼ੁਰੂ ਕਰ ਰਿਹਾ, ਮੈਂ ਰਾਗ ਸਵੇਰ ਦਾ ਰਾਗ, ਕਿਉਂਕਿ ਇੱਥੇ ਮੋਰਨਿੰਗ ਹੈ, ਔਰ ਰਾਗ ਨੱਟ ਭੈਰਵ ਤੋਂ ਆਪਣਾ ਗਾਣਾ ਸ਼ੁਰੂ ਕਰ ਰਿਹਾ। ਦੋ ਰਾਗਾਂ ਦਾ ਕੰਬੀਨੇਸ਼ਨ ਹੈ, ਰਾਗ ਨੱਟ ਔਰ ਭੈਰਵ, ਦੋਨੋਂ ਰਾਗ ਮਿਲ ਜੁਲ ਕੇ ਚੱਲਦੇ ਆ, ਔਰ ਇਹਦੇ ਵਿੱਚ ਮੈਂ ਦੋ ਕੰਪੋਜੀਸ਼ਨ ਆਗਰਾ ਘਰਾਣੇ ਦੀਆਂ ਕੰਪੋਜੀਸ਼ਨ ਨੇ, ਉਸਤਾਦ ਜੀ ਉਹਨੂੰ ਸੁਸੈਂਡ ਕਰ ਸਕਦੀ ਹਾਂ, ਮੈਂ ਪੇਸ਼ ਕਰ ਰਿਹਾ। Thank you.
Thank you.
ਸੱਤ ਮਿੰਟ ਲਈ ਦੇਵ ਗੰਧਾਰ